ਵੈਲਕਮ ਕਰਦੇ ਆ ਨਾਜ਼ਰੀਨ ਤੁਹਾਡਾ ਇੱਕ ਪੰਜਾਬੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਚੜ੍ਹਦੇ ਪੰਜਾਬ ਦੇ ਇੱਕ ਐਸੇ ਸਿੰਗਰ ਦੇ ਬਾਰੇ ਵਿੱਚ ਜਿਹੜੀ ਨਾਜ਼ਰੀਨ ਬਹੁਤ ਹੀ ਮਿਹਨਤੀ ਲੜਕੀ ਹੈ ਜੋ ਇੱਕ ਗਰੀਬ ਖਾਨਦਾਨ ਦੇ ਨਾਲ ਤਲਕ ਰੱਖਦੀ ਹੈ ਉਸਨੇ ਨਾਜ਼ਰੀਨ ਬਹੁਤ ਮਿਹਨਤ ਕੀਤੀ ਤੇ ਹੁਣ ਵੀ ਮਿਹਨਤ ਕਰ ਰਹੀ ਹੈ ਉਸਨੇ ਤਿੰਨ ਆਪਣੇ ਖੂਬਸੂਰਤ ਗੀਤ ਨਾਜ਼ਰੀਨ ਲੋਕਾਂ ਨੂੰ ਸੁਣਨ ਲਈ ਦਿੱਤੇ ਹਨ ਪਿਆਰੇ ਨਾਜ਼ਰੀਨ ਇੰਸਟਾਗ੍ਰਾਮ ਤੇ ਇੱਕ ਬਹੁਤ ਹੀ ਜ਼ਿਆਦਾ ਉਹ ਫੇਮਸ ਨੇ ਇਸ ਤੋਂ ਇਲਾਵਾ YouTube ਤੇ ਉਹਨਾਂ ਦਾ ਇੱਕ ਚੈਨਲ ਹੈ ਜਿਸ ਦੇ ਉੱਤੇ ਨਾਜ਼ਰੀਨ ਉਹਨਾਂ ਨੇ ਉਹ 300 ਵੀ ਅਪਲੋਡ ਕੀਤੇ ਨੇ مختلف ਵਲੋਗਸ ਵੀ ਬਣਾ ਕੇ ਅਪਲੋਡ ਕਰਦੇ ਨੇ ਸਰਬਜੀਤ ਕੋ ਨਾਜ਼ਰੀਨ ਇੰਤਾਈ ਖੂਬਸੂਰਤ ਆਵਾਜ਼ ਦੀ ਮਾਲਕਨ ਹੈ ਇਸਨੇ ਨਾਜ਼ਰੀਨ ਜਿਹੜਾ ਹੁਣ ਗੀਤ ਰਿਲੀਜ਼ ਕੀਤਾ ਦਿਮਾਗ ਖਾਨੀਆਂ ਉਹਨਾਂ ਸਿਰਫ ਇੰਡੀਆ ਬਲਕਿ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਣਿਆ ਗਿਆ ਲੋਕਾਂ ਨੇ ਉਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਪੂਰੇ ਪਾਕਿਸਤਾਨ ਤੇ ਨਾਜ਼ਰੀਨ ਆਜ਼ਾਦ ਕਸ਼ਮੀਰ ਦੇ ਵਿੱਚ ਉਸ ਗੀਤ ਨੂੰ ਲੋਕਾਂ ਨੇ ਪਸੰਦ ਕੀਤਾ ਹੈ ਇਸ ਤੋਂ ਇਲਾਵਾ ਨਾਜ਼ਰੀਨ ਜਿੱਥੇ-ਜਿੱਥੇ ਲੋਕ ਪੰਜਾਬੀ ਸੁਣਦੇ ਨੇ ਚਾਹੇ ਕਿਸੇ ਦੂਸਰੇ ਮੁਲਕ ਦੇ ਵਿੱਚ ਨੇ ਉਹ ਨਾਜ਼ਰੀਨ ਇਸ ਗੀਤ ਨੂੰ ਬਹੁਤ ਜ਼ਿਆਦਾ ਸੁਣ ਰਹੇ ਨੇ ਇਹਨਾਂ ਦਾ ਫਰਸਟ ਗੀਤ ਸੀ ਜੀ ਸੋਣੀ ਤੇਰੀ ਯਾਰੀ ਤੇਰੇ ਨਾਲ ਲਾਉਣਾ ਚਾਹਦੀ ਆ ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਦੂਸਰਾ ਗੀਤ ਸੀ ਜੀ ਗੁੱਡੀ ਚੜਾ ਕੇ ਛੱਡੂਗੀ ਜਿਸ ਨੂੰ ਨਾਜ਼ਰੀਨ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਉਹ ਕਾਫੀ ਜ਼ਿਆਦਾ ਫੇਮਸ ਹੈ ਗੀਤ ਤੇ ਨਾਜ਼ਰੀਨ ਜਿਹੜਾ 29ਵਾਂ ਗੀਤ ਇਹਨਾਂ ਨੇ ਰਿਲੀਜ਼ ਕੀਤਾ ਹੈ ਇਸਨੇ ਤੇ ਨਾਜ਼ਰੀਨ ਪੂਰੀ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਧਮ ਮਚਾ ਦਿੱਤੀ ਆ ਬਹੁਤ ਹੀ ਖੂਬਸੂਰਤ ਸੌਂਗ ਹੈ ਜਿਸਦੇ ਬੋਲ ਨੇ ਨਾਜ਼ਰੀਨ ਜਦੂ ਕਰਦੀ ਮਹਿਕਾਲ ਤੇ ਦਿਮਾਗ ਖਾਨੀ ਆ ਪਿਆਰੇ ਨਾਜ਼ਰੀਨ ਇਸ ਗੀਤ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਇਹ ਗੀਤ ਨਾਜ਼ਰੀਨ ਇਹਨਾਂ ਦੇ ਆਪਣੇ ਅਫੀਸ਼ੀਅਲ YouTube ਚੈਨਲ ਤੇ ਮੌਜੂਦ ਹੈ ਸਰਬਜੀਤ ਜੈਸੀ ਸੋਚ ਨਾਜ਼ਰੀਨ ਆਰ ਲੜਕੀ ਦੇ ਵਿੱਚ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਉਹਨਾਂ ਦੀ ਸੋਚ ਹੈ ਕਿ ਆਪਣੇ ਕਦਰ ਦੇ  ਬਦਲ ਦੇਣਗੇ ਤੇ ਉਹ ਬਦਲ ਰਹੇ ਨੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਇਸੇ ਤਰ੍ਹਾਂ ਨਾਜ਼ਰੀਨ ਹਰ ਇੱਕ ਲੜਕੀ ਦੇ ਅੰਦਰ ਸੋਚ ਹੋਣੀ ਚਾਹੀਦੀ ਹੈ ਪਿਆਰੇ ਦੋਸਤੋ ਇਹ ਮੇਰੀ ਵੀਡੀਓ ਤੁਸੀਂ ਕਿਹੜੇ ਸ਼ਹਿਰ ਦੇ ਵਿੱਚੋਂ ਵੇਖ ਰਹੇ ਹੋ ਆਪਣਾ ਨਾਮ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਣਾ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਕਰੀਆ